ਸਤਿ ਸ਼੍ਰੀ ਅਕਾਲ ਜੀ, ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਹਰ ਰੋਜ਼ ਦੀ ਤਰ੍ਹਾਂ ਅਸੀਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ, ਜਿਨ੍ਹਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲ ਚਾਲ। ਟੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਤਾਂ ਵਿਜੀਲੈਂਸ ਦੀ ਗੱਲ ਕਰਦੇ ਆ ਜੀ। ਇਸ ਵੇਲੇ ਵਿਜੀਲੈਂਸ ਜਿਸ ਤਰੀਕੇ ਦੇ ਨਾਲ ਐਕਟਿਵ ਹੈ, ਹੁਣ ਖਬਰਾਂ ਆ ਰਹੀਆਂ ਨੇ ਕਿ ਮਨਪ੍ਰੀਤ ਬਾਦਲ ਹੋਰਾਂ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਜੀ ਵਿਜੀਲੈਂਸ ਨੇ। ਬਿਲਕੁਲ ਜੀ ਬਿਲਕੁਲ, ਪਿਛਲੇ ਨਾ ਕਈ ਦਿਨਾਂ ਤੋਂ ਮਨਪ੍ਰੀਤ ਬਾਦਲ ਹੋਰਾਂ ਦੇ ਉੱਤੇ ਗ੍ਰਿਫਤਾਰੀ ਦੇ ਬੱਦਲ ਮੰਡਰਾ ਰਹੇ ਆ। ਇਹੀ ਕਾਰਨ ਆ ਵੀ ਮਨਪ੍ਰੀਤ ਬਾਦਲ ਦੇ ਵੱਲੋਂ ਬਠਿੰਡਾ ਦੀ ਅਦਾਲਤ ਦੇ ਵਿੱਚ ਅਗਾਊ ਜ਼ਮਾਨਤ ਦੀ ਅਰਜ਼ੀ ਵੀ 2 ਦਿਨ ਪਹਿਲਾਂ ਦਾਖਲ ਕੀਤੀ ਗਈ ਆ। ਉਹਨਾਂ ਨੂੰ ਅਗਾਊ ਜ਼ਮਾਨਤ ਮਿਲਣੀ ਆ ਕਿ ਨਹੀਂ ਮਿਲਣੀ, ਇਹ ਬਾਅਦ ਦੀ ਗੱਲ ਆ। ਪਰ ਮਨਪ੍ਰੀਤ ਬਾਦਲ ਦੇ ਦੋ ਸਾਥੀ ਆ ਜਿਹੜੇ ਉਹ ਗ੍ਰਿਫਤਾਰ ਕਰ ਲਏ ਗਏ ਵਿਜੀਲੈਂਸ ਦੇ ਵੱਲੋਂ, ਤੇ ਮਨਪ੍ਰੀਤ ਬਾਦਲ ਦੇ ਉੱਤੇ ਦੋਸ਼ ਇਹ ਆ ਵੀ ਇਹਨਾਂ ਨੇ ਜਿਹੜੀ ਵਪਾਰਕ ਜਿਹੜੀ ਜ਼ਮੀਨ ਸੀਗੀ, ਵਪਾਰਕ ਪਲਾਟ ਸੀ ਜਿਹੜਾ, ਉਹਨੂੰ ਰਿਹਾਇਸ਼ੀ ਦੇ ਵਿੱਚ ਕਨਵਰਟ ਕਰਕੇ ਤੇ ਉਹਨੂੰ ਖਰੀਦਿਆ ਹੈਗਾ, ਤੇ ਜਿਹੜੇ ਦੋ ਸਾਥੀਆਂ ਦੇ ਕੋਲੋਂ ਖਰੀਦਿਆ ਨੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪਹਿਲਾਂ ਉਹਨਾਂ ਨੇ ਆਪਣੇ ਨਾਂ ਦੇ ਉੱਤੇ ਟ੍ਰਾਂਸਫਰ ਕਰਵਾਇਆ ਤੇ ਫਿਰ ਉਹਨਾਂ ਦੇ ਕੋਲੋਂ ਮਨਪ੍ਰੀਤ ਬਾਦਲ ਨੇ ਆਪਣੇ ਨਾਂ ਦੇ ਉੱਤੇ ਟ੍ਰਾਂਸਫਰ ਕਰਵਾਇਆ। ਸੋ ਉਹ ਦੋ ਸਾਥੀ ਜਿਹੜੇ ਮਨਪ੍ਰੀਤ ਬਾਦਲ ਦੇ ਆ, ਉਹਨਾਂ ਨੂੰ ਗ੍ਰਿਫਤਾਰ ਕਰਨ ਦੀਆਂ ਖਬਰਾਂ ਵਿਜੀਲੈਂਸ ਦੇ ਵੱਲੋਂ ਪ੍ਰਾਪਤ ਹੋਈਆਂ। ਉਸ ਤੋਂ ਬੜੀ ਗੱਲ ਇਹ ਵੀ, ਮਨਪ੍ਰੀਤ ਬਾਦਲ ਦੇ ਉੱਤੇ ਭਗਵੰਤ ਮਾਨ ਨੇ ਕੁਝ ਕੁ ਮਹੀਨੇ ਪਹਿਲਾਂ ਵੀ ਦੋਸ਼ ਲਾਏ ਸੀ ਵੀ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਗੜਬੜੀਆਂ ਕੀਤੀਆਂ ਵਿੱਤੀ ਤੌਰ ਦੇ ਉੱਤੇ, ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਅਨੈਤਿਕ ਕੰਮ ਕੀਤੇ ਗਏ ਆ, ਤੇ ਅਸੀਂ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਕਰਾਂਗੇ। ਉਦੋਂ ਮਨਪ੍ਰੀਤ ਬਾਦਲ ਨੇ ਵੀ ਗੱਲ ਕਹੀ ਸੀ ਕਿ ਮੈਨੂੰ ਧਮਕੀਆਂ ਨਾ ਦੇ, ਜੋ ਤੂੰ ਕਰਨਾ ਕਰ ਲਾ, ਮੈਂ ਭੱਜਣ ਵਾਲਿਆਂ ਦੇ ਵਿੱਚੋਂ ਨਹੀਂ ਤੇ ਮੈਂ ਡਰਨ ਵਾਲਿਆਂ ਦੇ ਵਿੱਚੋਂ ਨਹੀਂ। ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਚੱਲੀਆਂ ਸੀ। ਸੋ ਹੁਣ ਮਨਪ੍ਰੀਤ ਬਾਦਲ ਨੂੰ ਇਸ ਗੱਲ ਦਾ ਅਹਿਸਾਸ ਆ ਵੀ ਕਿਸੇ ਵੀ ਵੇਲੇ ਉਹਦੀ ਗ੍ਰਿਫਤਾਰੀ ਹੋ ਸਕਦੀ ਹੈ, ਇਸੇ ਕਰਕੇ ਉਹਦੇ ਵੱਲੋਂ ਅਗਾਊ ਜ਼ਮਾਨਤ ਦੇ ਲਈ ਅਰਜ਼ੀ ਦਾਖਲ ਕੀਤੀ ਗਈ ਹੈ। ਇਹ ਜ਼ਮਾਨਤ ਮਿਲਣੀ ਆ ਜਾਂ ਨਹੀਂ ਮਿਲਣੀ, ਇਹ ਸਮੇਂ ਨੇ ਬਿਆਨ ਕਰਨਾ। ਪਰ ਕਿਤੇ ਰੱਖਣੀ ਚਾਹੀਦੀ ਗੱਲ ਕਿ ਮਨਪ੍ਰੀਤ ਬਾਦਲ ਦੇ ਵੱਲੋਂ ਹੀ ਭਗਵੰਤ ਮਾਨ ਦੀ ਰਾਜਨੀਤਿਕ ਸ਼ੁਰੂਆਤ ਕਰਵਾਈ ਗਈ ਸੀ। ਜਦੋਂ ਮਨਪ੍ਰੀਤ ਬਾਦਲ ਨੇ ਤੇ ਅਕਾਲੀ ਦਲ ਨੂੰ ਅਲਵਿਦਾ ਕਹੀ ਸੀ ਤੇ ਉਦੋਂ ਪੀਪਲਜ਼ ਪਾਰਟੀ ਆ ਪੰਜਾਬ ਬਣਾਈ ਸੀ। ਉਦੋਂ ਖਟਖੜ ਕਲਾਂ ਦੇ ਵਿੱਚ ਜਾ ਕੇ ਸ਼ਹੀਦਾਂ ਦੇ ਖੇਤਰ ਦੀ ਮਿੱਟੀ ਚੁੱਕ ਕੇ ਮੱਥੇ ਨੂੰ ਲਾ ਕੇ ਪੰਜਾਬ ਨੂੰ ਅਲਾਮਤਾਂ ਤੋਂ ਮੁਕਤ ਕਰਾਉਣ ਦੀ ਸਹੁੰ ਚੁੱਕੀ ਸੀ। ਉਸ ਵੇਲੇ ਮਨਪ੍ਰੀਤ ਬਾਦਲ ਨੇ ਭਗਵੰਤ ਮਾਨ ਦੀ ਰਾਜਨੀਤਿਕ ਪਾਰੀ ਦੀ ਸ਼ੁਰੂਆਤ ਕਰਵਾਈ ਸੀ। ਸ਼ਾਇਦ ਤੁਹਾਨੂੰ ਚੇਤੇ ਹੋਵੇ ਕਿ ਪੀਪਲ ਪਾਰਟੀ ਆ ਪੰਜਾਬ ਦੇ ਵੱਲੋਂ ਭਗਵੰਤ ਮਾਨ ਨੇ ਪਹਿਲੀ ਚੋਣ ਲੜੀ ਸੀ, ਲਹਿਰਾ ਗਾਗਾ ਤੋਂ ਲੜੀ ਸੀ, ਪਰ ਬੀਬੀ ਰਜਿੰਦਰ ਕੌਰ ਭੱਠਲ ਦੇ ਕੋਲੋਂ ਉਹ ਵਿਧਾਨ ਸਭਾ ਦੀ ਚੋਣ ਹਾਰ ਗਏ ਸੀ। ਫਿਰ ਉਸ ਤੋਂ ਬਾਅਦ ਪੀਪਲ ਪਾਰਟੀ ਨੂੰ ਅਲਵਿਦਾ ਕਹਿ ਕੇ ਤੇ ਇਹ ਆ ਗਏ ਸੀ ਆਮ ਆਦਮੀ ਪਾਰਟੀ ਦੇ ਵਿੱਚ, ਤੇ ਪੀਪਲ ਪਾਰਟੀ ਨੂੰ ਛੱਡ ਕੇ ਤੇ ਮਨਪ੍ਰੀਤ ਬਾਦਲ ਆ ਗਏ ਸੀ ਕਾਂਗਰਸ ਦੇ ਵੱਲ। ਫਿਰ ਉਹ ਕਾਂਗਰਸ ਦੇ ਵੱਲੋਂ ਬਣ ਗਏ ਸੀਗੇ ਵਿੱਤ ਮੰਤਰੀ, ਤੇ ਆਪਾਂ ਜਾਣਦੇ ਕਿ ਉਸ ਤੋਂ ਬਾਅਦ ਤੇ ਇੱਧਰ ਜਿਹੜੇ ਨੇ ਭਗਵੰਤ ਮਾਨ ਇਹ ਬਣ ਗਏ ਸੀਗੇ ਲੋਕ ਸਭਾ ਦੇ ਮੈਂਬਰ। ਪਰ ਅੱਜ ਦੀ ਤਰੀਕ ਦੇ ਵਿੱਚ ਬਾਜ਼ੀ ਪਲਟ ਗਈ ਹੈ, ਤੇ ਬਾਜ਼ੀ ਪਲਟਦੀ 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 ਅੱਜ ਇਸ ਹਾਲਾਤ ਨੂੰ ਗੱਲ ਬਣ ਗਈ ਹੈ ਕਿ ਮਨਪ੍ਰੀਤ ਬਾਦਲ ਆ ਜਿਹੜੇ ਉਹ ਸਾਬਕਾ ਵਿਧਾਇਕ ਆ ਤੇ ਭਗਵੰਤ ਮਾਨ ਵਰਤਮਾਨ ਮੁੱਖ ਮੰਤਰੀ ਆ। ਸੋ ਭਗਵੰਤ ਮਾਨ ਦੇ ਬਾਰੇ ਕਈ ਵਾਰੀ ਮਨਪ੍ਰੀਤ ਬਾਦਲ ਨੇ ਇਹ ਵੀ ਗੱਲ ਕਹੀ ਸੀ ਕਿ ਸ਼ੁਰੂਆਤ ਭਾਈ ਮੈਂ ਹੀ ਕਰਵਾਈ ਸੀ, ਤੇ ਪਿਛਲੇ ਦਿਨੀ ਇਹ ਵੀ ਗੱਲ ਕਹੀ ਸੀ ਕਿ ਭਾਈ ਤੂੰ ਭੁੱਲ ਨਾ, ਤੈਨੂੰ ਗੱਡੀ ਦੀ ਡਿੱਕੀ ਦੇ ਵਿੱਚ ਕੌਣ ਪਾ ਕੇ ਲਿਆਉਂਦਾ ਹੁੰਦਾ ਸੀ, ਤੂੰ ਡਿੱਗ ਕਿਵੇਂ ਜਾਂਦਾ ਹੁੰਦਾ ਸੀ ਪੀਤੀ ਖਾਧੀ ਦੇ ਵਿੱਚ। ਸੋ ਇਸ ਤਰੀਕੇ ਦੀਆਂ ਗੱਲਾਂ ਵੀ ਸੀ। ਪਰ ਮਨਪ੍ਰੀਤ ਬਾਦਲ ਨੂੰ ਗ੍ਰਿਫਤਾਰ ਕਰਨ ਦੀ ਚਰਚਾ ਚੱਲ ਰਹੀ ਹੈ। ਇਹ ਹੁਣ ਗ੍ਰਿਫਤਾਰ ਹੋਣਗੇ, ਨਹੀਂ ਹੋਣਗੇ, ਬਚ ਜਾਣਗੇ, ਨਹੀਂ ਬਚ ਸਕਣਗੇ, ਇਹ ਸਮੇਂ ਨੇ ਬਿਆਨ ਕਰਨਾ। ਪਰ ਇਸ ਵੇਲੇ ਕਹਿੰਦੇ ਆ ਵੀ ਇਹਨਾਂ ਦੇ ਉੱਤੇ ਵੀ ਕੁਸ਼ਤੀ ਦਾ ਵੇਲਾ ਆਉਣ ਵਾਲਾ, ਇਹਨਾਂ ਦੇ ਉੱਤੇ ਵੀ ਸਖਤੀ ਹੈ ਜਿਹੜੀ ਉਹ ਖਾਸੀ ਵਰਤੇ ਜਾਣ ਦੀ ਸੰਭਾਵਨਾ ਹੈਗੀ ਆ। ਜੀ ਬਿਲਕੁਲ ਟੈਣਾ ਸਾਹਿਬ, ਪਰ ਉਧਰ ਦੂਸਰੇ ਬੰਨੇ ਨਵਜੋਤ ਸਿੰਘ ਸਿੱਧੂ ਹੋਰੀ ਬੜੇ ਚਿਰਾਂ ਬਾਅਦ ਬੋਲੇ ਨੇ, ਉਹਨਾਂ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ, ਕਹਿੰਦੇ ਭਗਵੰਤ ਮਾਨ ਉਹਨਾਂ ਨੂੰ ਵਾਹਲਾ ਸਵਾਲ ਕੀਤੇ ਨੇ ਉਹਨਾਂ ਨੇ ਵੀ। ਬਿਲਕੁਲ ਜੀ ਬਿਲਕੁਲ, ਉਹਨਾਂ ਦੇ ਵੱਲੋਂ ਸਵਾਲ ਕੀਤੇ ਗਏ ਆ। ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਇਸ ਵੇਲੇ ਕੈਂਸਰ ਪੀੜਤ ਆ, ਇਸ ਕਰਕੇ ਉਹਨਾਂ ਦਾ ਸਮੁੱਚਾ ਧਿਆਨ ਆ ਜਿਹੜਾ ਉਹ ਇਸ ਵੇਲੇ ਆਪਣੀ ਪਤਨੀ ਦੇ ਇਲਾਜ ਦੇ ਵੱਲ ਲੱਗਾ ਹੋਇਆ। ਪਰ ਹੁਣ ਉਹਨਾਂ ਦੇ ਵੱਲੋਂ ਲੰਮੇ ਸਮੇਂ ਬਾਅਦ ਪਹਿਲੀ ਵਾਰ ਕਈ ਟੀਵੀ ਚੈਨਲਾਂ ਨੂੰ ਇੰਟਰਵਿਊ ਦਿੱਤੀਆਂ, ਤੇ ਉਹਨਾਂ ਨੇ ਪਹਿਲੀ ਵਾਰ ਤਿੱਖੇ ਸਵਾਲ ਆ ਜਿਹੜੇ ਉਹ ਭਗਵੰਤ ਮਾਨ ਦੀ ਸਰਕਾਰ ਨੂੰ ਕੀਤੇ ਆ। ਉਹਨਾਂ ਨੇ ਕਿਹਾ ਜੀ ਕਿ ਇਸ ਵੇਲੇ ਜਿਹੜੀਆਂ ਨੀਤੀਆਂ ਨੇ, ਜਿਹੜੀਆਂ ਕਾਰਗੁਜ਼ਾਰੀਆਂ ਨੇ ਭਗਵੰਤ ਮਾਨ ਸਰਕਾਰ ਦੀਆਂ, ਇਹ ਬਹੁਤ ਜਲਦ ਪੰਜਾਬ ਨੂੰ ਵਿੱਤੀ ਤਬਾਹੀ ਦੇ ਕੰਢੇ ਦੇ ਉੱਤੇ ਲਿਆ ਖੜਾ ਕਰਨਗੀਆਂ, ਤੇ ਪੰਜਾਬ ਤਬਾਹੀ ਦੇ ਕੰਢੇ ਦੇ ਉੱਤੇ ਪਹੁੰਚ ਚੁੱਕਿਆ। ਉਹਨਾਂ ਨੇ ਇਹ ਗੱਲ ਕਹੀ ਆ, ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਉਹ ਸਰਕਾਰ ਆ ਜਿਹੜੀ ਕਿ ਲੋਕਾਂ ਦੇ ਪੈਸੇ ਬਚਾਉਣ ਦਾ ਦਾਵਾ ਕਰਕੇ ਸੱਤਾ ਦੇ ਵਿੱਚ ਆਈ ਆ, ਪਰ ਅੱਜ ਦੀ ਤਰੀਕ ਦੇ ਵਿੱਚ ਮਨ ਆਈਆਂ ਕਰਨ ਦੇ ਮਾਮਲੇ ਦੇ ਵਿੱਚ ਇਹ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰਨਾ ਸ਼ੁਰੂ ਕਰਤਾ।
ਸੋ ਲੋਕ ਵੀ ਇਹ ਗੱਲ ਕਹਿੰਦੇ ਆ ਵੀ ਭਾਈ ਇਹਨਾਂ ਦੇ ਵੱਲੋਂ ਫਾਲਤੂ ਖਰਚੇ ਕਰਨ ਦੇ ਵਿੱਚ ਰਿਕਾਰਡ ਬਣਾਇਆ ਜਾ ਰਿਹਾ ਤੇ ਬਾਕੀ ਸਮਾਂ ਦੱਸੂਗਾ ਕੀ ਬਣਦਾ। ਪਰ ਇਹ ਗੱਲ ਕਹੀ ਆ ਨਵਜੋਤ ਸਿੰਘ ਸਿੱਧੂ ਨੇ ਵੀ ਜਿਸ ਤਰੀਕੇ ਦੇ ਨਾਲ ਇਹ ਪੈਸੇ ਦੀ ਬਰਬਾਦੀ ਕਰਦੇ ਆ ਤੇ ਉਸ ਤਰੀਕੇ ਦੇ ਨਾਲ ਅੱਜ ਤੱਕ ਦੀ ਕਿਸੇ ਸਰਕਾਰ ਦੇ ਵੱਲੋਂ ਨਹੀਂ ਕੀਤੀ ਗਈ ਤੇ ਇਹ ਹੋਰ ਵੀ ਸਿਆਸੀ ਪਾਰਟੀਆਂ ਗੱਲ ਕਹਿੰਦੀਆਂ। ਸੋ ਬਾਕੀ ਦੇਖਦੇ ਕੀ ਬਣਦਾ। ਪਰ ਇਸ ਵੇਲੇ ਨਵਜੋਤ ਸਿੰਘ ਸਿੱਧੂ ਨੇ ਕਾਫੀ ਤਿੱਖੇ ਤੇਵਰਾਂ ਦੇ ਵਿੱਚ ਇਹ ਗੱਲ ਕਹੀ ਹੈ ਵੀ ਇਹਨਾਂ ਦੇ ਵੱਲੋਂ ਪੰਜਾਬ ਦੇ ਪੈਸੇ ਦੀ ਬਰਬਾਦੀ ਕਿਵੇਂ ਕੀਤੀ ਜਾ ਰਹੀ ਹੈ ਤੇ ਨਾਲ ਹੀ ਇਸ ਗੱਲ ਦੀ ਤਾਇਦ ਕੀਤੀ ਹੈ ਕਿਉਂਕਿ ਰਾਜਪਾਲ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਪਿਛਲੇ ਨੀ ਚਿੱਠੀ ਲਿਖ ਕੇ ਭਗਵੰਤ ਮਾਨ ਨੂੰ ਕਿ 50,000 ਕਰੋੜ ਰੁਪਏ ਦਾ ਜਿਹੜਾ ਕੇਂਦਰ ਤੋਂ ਕਰਜ਼ਾ ਲਿਆ ਪਹਿਲਾਂ ਉਹਦਾ ਵੇਰਵਾ ਪੇਸ਼ ਕੀਤਾ ਜਾਵੇ ਕਿ ਉਹ ਕਿੱਥੇ ਕਿੱਥੇ ਖਰਚ ਕੀਤਾ ਗਿਆ ਤੇ ਫੇਰ ਹੀ ਮੈਂ ਤੁਹਾਡੇ ਵੱਲੋਂ ਲਿਖੀ ਗਈ ਚਿੱਠੀ ਤੇ ਗੌਰ ਕਰੂੰਗਾ। ਤੇ ਚਿੱਠੀ ਦੇ ਵਿੱਚ ਭਗਵੰਤ ਮਾਨ ਨੇ ਰਾਜਪਾਲ ਨੂੰ ਇਹ ਗੱਲ ਕਹੀ ਸੀ ਵੀ ਜਿਹੜਾ ਸਾਡਾ RDF ਦਾ ਯਾਨੀ ਕਿ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਰਹਿੰਦਾ ਇਹ ਪੈਸਾ ਲੈਣਾ ਹੈਗਾ ਜੀ ਕੇਂਦਰ ਦੇ ਕੋਲੋਂ 5,600 ਤੇ ਕੁਝ ਕਰੋੜ ਰੁਪਈਆ ਹੈਗਾ ਇਹ ਦਵਾਇਆ ਜਾਵੇ ਤੇ ਰਾਜਪਾਲ ਨੇ ਇਹ ਗੱਲ ਕਹੀ ਸੀ ਵੀ ਜਿਹੜਾ ਕੇਂਦਰ ਤੋਂ ਕਰਜ਼ਾ ਲਿਆ 50,000 ਕਰੋੜ ਦਾ ਇਹ ਕਿੱਥੇ ਕਿੱਥੇ ਖਰਚਿਆ ਪਹਿਲਾਂ ਸਾਨੂੰ ਇਹਦਾ ਵੇਰਵਾ ਪੇਸ਼ ਕੀਤਾ ਜਾਵੇ। ਇਸ ਗੱਲ ਦੇ ਉੱਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਭੜਕੇ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਇੱਦਾਂ ਪੁੱਛ ਨਹੀਂ ਸਕਦੇ ਕਿਉਂਕਿ ਪਿਛਲਿਆਂ ਨੇ ਇੰਨੇ ਫਜ਼ੂਲ ਖਰਚੇ ਕੀਤੇ ਆ ਵੀ ਸਾਨੂੰ ਤਾਂ ਇਸ ਵੇਲੇ ਔਖਾ ਹੋਇਆ ਪੈਸਾ ਕੁਝ ਕਰਨਾ। ਸੋ ਉਸ ਗੱਲ ਦੇ ਉੱਤੇ ਹੁਣ ਨਵਜੋਤ ਸਿੱਧੂ ਨੇ ਕਿਹਾ ਉਹ ਕਹਿੰਦੇ ਵੀ ਰਾਜਪਾਲ ਨੇ ਬਿਲਕੁਲ ਦਰੁਸਤ ਸਵਾਲ ਕੀਤਾ ਦੱਸਿਆ ਜਾਵੇ ਕਿ ਭਾਈ ਖਰਚਾ ਕਿੱਥੇ ਹੋਇਆ ਤੁਸੀਂ ਪੰਜਾਬ ਨੂੰ ਤਬਾਹੀ ਦੇ ਕੰਢੇ ਦੇ ਉੱਤੇ ਲਿਆ ਕੇ ਖੜਾ ਕਰ ਦੇਣਾ ਜਾਂ ਕਰ ਦਿੱਤਾ ਜਿਸ ਤਰੀਕੇ ਦੇ ਨਾਲ ਤੁਸੀਂ ਪੰਜਾਬ ਦੇ ਪੈਸੇ ਦੀ ਬਰਬਾਦੀ ਆਪਦੀਆਂ ਮਸ਼ਹੂਰੀਆਂ ਦੇ ਉੱਤੇ ਕਰ ਰਹੇ ਆ ਤੇ ਤੁਸੀਂ ਤਾਂ 5 ਵਰਿਆਂ ਦੇ ਵਿੱਚ ਜੇਕਰ ਆਪਾਂ ਔਸਤਨ ਦੇਖੀਏ ਤਾਂ 2,00,000 ਕਰੋੜ ਦਾ ਕਰਜ਼ਾ ਚੜ੍ਹ ਜਾਣਾ। ਉਹਨਾਂ ਨੇ ਕਿਹਾ ਜੀ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਤਾਂ 2,50,000 ਕਰੋੜ ਦਾ ਕਰਜ਼ਾ ਚੜ੍ਹਿਆ ਤੇ ਤੁਸੀਂ 5 ਵਰਿਆਂ ਦੇ ਵਿੱਚ 2,50,000 ਕਰੋੜ ਦਾ ਕਰਜ਼ਾ ਵੈਸੇ ਚਾੜ ਦੇਣਾ ਤੇ ਉਦਾਂ ਤੁਸੀਂ ਕਹਿੰਦੇ ਵੀ ਅਸੀਂ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਬਚਤ ਕਰਨ ਵਾਸਤੇ ਆਏ ਹਾਂ ਜੀ। ਤੇ ਸਰ ਉਦੋਂ ਸੁਨੀਲ ਜਾਖੜ ਹੋਰ ਵੀ ਕਾਫੀ ਜ਼ਿਆਦਾ ਵੈਸੇ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਆ ਭਗਵੰਤ ਮਾਨ ਉਹਨਾਂ ਨੂੰ ਸਵਾਲ ਉਹਨਾਂ ਨੇ ਵੀ ਬਹੁਤ ਕੀਤੇ ਨੇ ਜੀ। ਹਾਂ ਬਿਲਕੁਲ ਜੀ ਬਿਲਕੁਲ ਸੁਨੀਲ ਜਾਖੜ ਹੋਰਾਂ ਨੇ ਇਹ ਗੱਲ ਕਹੀ ਹੈ ਜੀ ਕਿ 50,000 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਲਿਆ ਪੰਜਾਬ ਦੀ ਸਰਕਾਰ ਨੇ 1.5 ਵਰਿਆਂ ਦੇ ਵਿੱਚ ਇਹਨਾਂ ਨੇ ਇਹ ਪੈਸੇ ਖਰਚੇ ਕਿੱਥੇ ਕਿੱਥੇ ਪਹਿਲਾਂ ਤਾਂ ਇਹਦਾ ਵੇਰਵਾ ਪੇਸ਼ ਕਰਨਾ ਚਾਹੀਦਾ। ਸੁਨੀਲ ਜਾਖੜ ਨੇ ਕਿਹਾ ਜੀ ਕਿ ਪਿਛਲੇ 4 ਮਹੀਨੇ ਦੇ ਵਿੱਚ ਇਹਨਾਂ ਨੇ 17,000 ਕਰੋੜ ਰੁਪਈਆ ਖਰਚਿਆ ਕਰਜ਼ਾ ਲਿਆ ਇਹਦੇ ਬਾਰੇ ਦੱਸਿਆ ਜਾਵੇ ਵੀ ਭਾਈ ਇਹ ਖਰਚਿਆ ਕਿੱਥੇ ਕਿੱਥੇ ਆ ਇਹਦੇ ਵਿੱਚੋਂ ਕਿੰਨਾ ਕੁ ਫਜ਼ੂਲ ਖਰਚੀ ਦੇ ਉੱਤੇ ਤੇ ਕਿੰਨਾ ਕੁ ਲੋਕਾਂ ਦੇ ਵਿਕਾਸ ਵਾਸਤੇ ਆ ਇਹਦੇ ਬਾਰੇ ਇਹਨਾਂ ਨੂੰ ਵੇਰਵਾ ਪੇਸ਼ ਕਰਨਾ ਚਾਹੀਦਾ। ਅਸਲ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਘੇਰਾ ਇਸ ਕਰਕੇ ਪੈ ਰਿਹਾ ਕਿਉਂਕਿ ਇਹਨਾਂ ਦੇ ਵੱਲੋਂ ਥਾਂ ਥਾਂ ਦੇ ਉੱਤੇ ਇਸ਼ਤਿਹਾਰ ਲਾਏ ਜਾ ਰਹੇ ਆ ਬਾਕੀ ਵੱਖ ਵੱਖ ਸੂਬਿਆਂ ਦੀਆਂ ਅਖਬਾਰਾਂ ਦੇ ਵਿੱਚ ਪੂਰੇ ਪੂਰੇ ਸਫ਼ੇ ਦੇ ਹਰ ਰੋਜ਼ ਇਸ਼ਤਿਹਾਰ ਛਾਪੇ ਜਾ ਰਹੇ ਆ ਟੀਵੀ ਦੇ ਉੱਤੇ ਮਸ਼ਹੂਰੀਆਂ ਲਾਉਣ ਦੇ ਵਿੱਚ ਥਾਂ ਥਾਂ ਤੇ ਬੋਰਡ ਲਾਉਣ ਦੇ ਚੱਕਰ ਦੇ ਵਿੱਚ ਰੇਡੀਓ ਟੀਵੀ ਦੇ ਉੱਤੇ ਬੱਲੇ ਬੱਲੇ ਕਰਾਉਣ ਦੇ ਚੱਕਰ ਦੇ ਵਿੱਚ ਇਸ ਵੇਲੇ ਖੂਹ ਪੈਸੇ ਪੱਟੇ ਜਾ ਰਹੇ ਆ। ਹੁਣ ਮੇਰਾ ਕੱਲ ਇੱਕ ਦੋਸਤ ਆ ਉਹ ਰਾਜਸਥਾਨ ਦੇ ਵਿੱਚ ਰਹਿੰਦਾ ਗੰਗਾਨਗਰ ਦੇ ਵੱਲ ਉਹ ਕਹਿੰਦਾ ਜੀ ਜਿੰਨੇ ਇੱਥੋਂ ਦੇ ਮਸ਼ਹੂਰ ਅਖਬਾਰ ਆ ਨਾ ਉਹਨਾਂ ਅਖਬਾਰਾਂ ਦੇ ਵਿੱਚ ਹਰ ਹਫ਼ਤੇ ਇੱਕ ਇੱਕ ਸਫ਼ੇ ਦਾ ਪੂਰੇ ਪੂਰੇ ਦਾ ਇਸ਼ਤਿਹਾਰ ਹੁੰਦਾ ਕਿ ਪੰਜਾਬ ਦੇ ਵਿੱਚ ਅਸੀਂ ਕੀ ਕੀਤਾ ਤੇ ਜਿਵੇਂ ਪੰਜਾਬ ਨੂੰ ਅਸੀਂ ਬਣਾਤਾ ਕਮਾਲ ਤੇ ਉਵੇਂ ਰਾਜਸਥਾਨ ਨੂੰ ਵੀ ਬਣਾ ਦੇਵਾਂਗੇ ਬਸ ਰਾਜਸਥਾਨ ਦੇ ਵਿੱਚ ਸਾਨੂੰ ਵੋਟਾਂ ਪਾਓ ਤੇ ਦਸੰਬਰ ਤੱਕ ਰਾਜਸਥਾਨ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ। ਸੋ ਪੰਜਾਬ ਦੀਆਂ ਤੇ ਦਿੱਲੀ ਦੀਆਂ ਉਦਾਹਰਨਾਂ ਹੋਰ ਸੂਬਿਆਂ ਦੀਆਂ ਅਖਬਾਰਾਂ ਦੇ ਵਿੱਚ ਪੂਰੇ ਪੂਰੇ ਸਫ਼ੇ ਦਾ ਇਸ਼ਤਿਹਾਰ ਲਾ ਕੇ ਪੇਸ਼ ਕੀਤੀਆਂ ਜਾ ਰਹੀਆਂ ਉਹ ਪੈਸਾ ਆ ਕਿੱਥੋਂ ਰਿਹਾ ਆਮ ਆਦਮੀ ਪਾਰਟੀ ਦੇ ਕੋਲ ਜੇ ਤਾਂ ਪੰਜਾਬ ਦਾ ਪੈਸਾ ਉਹ ਤੇ ਫਿਰ ਭਾਈ ਪੰਜਾਬ ਦੇ ਵਿੱਚ ਕਿਉਂ ਨਹੀਂ ਖਰਚਿਆ ਜਾਂਦਾ। ਪੰਜਾਬ ਦੇ ਵਿੱਚ ਕਿੰਨੇ ਲੋਕ ਅੱਜ ਵੀ ਇਹੋ ਜਿਹੇ ਜਿਹਨਾਂ ਦੀਆਂ ਜ਼ਮੀਨਾਂ ਦੀਆਂ ਗਰਦੌਰੀਆਂ ਨਹੀਂ ਹੋਈਆਂ ਹੜ੍ਹ ਆਉਣ ਦੇ ਬਾਵਜੂਦ। ਮੈਨੂੰ ਕੱਲ੍ਹ ਹੀ ਕੁਝ ਬੰਦੇ ਮਿਲੇ ਉਹ ਕਹਿੰਦੇ ਬਾਈ ਜੀ ਸਾਡੇ ਤਾਂ ਕੋਈ ਅਧਿਕਾਰੀ ਆਇਆ ਹੀ ਨਹੀਂ ਸਾਡੇ ਤਾਂ ਗਰਦੌਰੀ ਹੋਈ ਨਹੀਂ ਗਰਦੌਰੀ ਦੀ ਹੋਈ 1 ਰੁਪਈਆ ਨਹੀਂ ਮਿਲਿਆ 3 ਵਾਰੀ ਅਸੀਂ ਝੋਨਾ ਲਾਇਆ ਉਹ ਕਹਿੰਦੇ ਸਾਡੇ ਪਸ਼ੂ ਵੀ ਮਰ ਗਏ ਸਾਨੂੰ ਮਿਲਿਆ ਕੁਝ ਨਹੀਂ ਗਾ। ਸੋ ਸਰਕਾਰ ਜਿਹੜੀ ਬੱਕਰੀ ਦੇ ਪੈਸੇ ਵੀ ਦੇਵਾਂਗੇ ਕੁਕੜੀ ਦੇ ਪੈਸੇ ਵੀ ਦੇਵਾਂਗੇ ਮਰੀ ਦੇ ਇਹ ਗੱਲਾਂ ਕਹਿੰਦੀ ਸੀ ਉਹ ਸਰਕਾਰ ਉਵੇਂ ਕਸਵੱਟੀ ਦੇ ਉੱਤੇ ਖਰੀ ਨਹੀਂ ਉਤਰੀ ਇਹ ਲੋਕਾਂ ਦੇ ਵੱਡੇ ਹਿੱਸੇ ਦਾ ਕਹਿਣਾ। ਸੋ ਇਸੇ ਕਰਕੇ ਲਗਾਤਾਰ ਘੇਰਾ ਪੈ ਰਿਹਾ ਤੇ ਬਾਕੀ ਹੁਣ ਸਰਕਾਰ ਕੀ ਉੱਤਰ ਦੇਊਗੀ ਵਕਤ ਦੱਸੂਗਾ। ਫਿਲਹਾਲ ਤਾਂ ਸਰਕਾਰ ਬਿਜੀ ਸੀਗੀ ਰਾਘਵ ਚੱਡਾ ਦੇ ਵਿਆਹ ਦੇ ਵਿੱਚ ਉਹ ਵਿਆਹ ਜਿਹੜਾ ਕੱਲ੍ਹ ਨੇਪਰੇ ਚੜ੍ਹ ਗਿਆ ਐਤਵਾਰ ਨੂੰ ਤੇ ਹੁਣ ਦੇਖਦੇ ਆ ਅਗਲੀ ਪਾਰਟੀ ਮੇਰੇ ਖਿਆਲ ਤਾਜ ਹੋਟਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਆ ਉੱਥੇ ਵੀ ਕਹਿੰਦੇ ਖਰਚਾ ਪੱਠਾ ਸੋਹਣਾ ਹੋਣਾ ਜੀ। ਜੀ ਬਿਲਕੁਲ ਟਾਣਾ ਸਾਹਿਬ ਤੁਸੀਂ ਰਾਘਵ ਚੱਡਾ ਹੋਰਾਂ ਦੇ ਵਿਆਹ ਦਾ ਜ਼ਿਕਰ ਕੀਤਾ ਆਪਾਂ ਉਹਦੇ ਬਾਬਤ ਵੀ ਗੱਲ ਕਰ ਲਈ ਕਹਿੰਦੇ ਕਿ ਖਰਚਾ ਉੱਥੇ ਵੀ ਵਾਹਵਾ ਹੋ ਗਿਆ ਤੇ ਉਸ ਖਰਚੇ ਨੂੰ ਲੈ ਕੇ ਵੀ ਬਹੁਤ ਸੋਸ਼ਲ ਮੀਡੀਆ ਦੇ ਉੱਪਰ ਰੌਲਾ ਪਿਆ ਹੋਇਆ ਵਿਰੋਧੀਆਂ ਦੇ ਹੱਥੇ ਵੀ ਮੁੱਦਾ ਲੱਗ ਗਿਆ ਜੀ। ਬਿਲਕੁਲ ਜੀ ਬਿਲਕੁਲ ਅਸਲ ਵਿੱਚ ਗੱਲ ਇਹ ਆ ਵੀ ਸੁਖਪਾਲ ਸਿੰਘ ਖਹਿਰਾ ਨੇ ਲੱਖਾ ਸਿਧਾਣਾ ਨੇ ਤੇ ਬਹੁਤ ਸਾਰੇ ਹੋਰ ਜਿਹੜੇ ਵੱਖ ਵੱਖ ਪਾਰਟੀਆਂ ਦੇ ਜਾਂ ਸਮਾਜ ਸੇਵੀ ਜਿਹੜੀਆਂ ਜਥੇਬੰਦੀਆਂ ਦੇ ਲੋਕ ਆ ਉਹਨਾਂ ਨੇ ਰਾਘਵ ਚੱਡਾ ਦੇ ਵਿਆਹ ਦੇ ਉੱਤੇ ਕੀਤੇ ਜਾਣ ਵਾਲੇ ਖਰਚੇ ਦੇ ਉੱਤੇ ਸਵਾਲ ਕੀਤੇ ਆ। ਹਾਲਾਂਕਿ ਉਹਨਾਂ ਨੇ ਇਹ ਗੱਲ ਕਹੀ ਹੈ
ਵੀ ਰਾਘਵ ਚੱਡਾ ਦਾ ਆਪਦਾ ਵਿਆਹ ਉਹ ਭਾਵੇਂ ਸੱਤ ਤਾਰਾ ਹੋਟਲ 'ਚ ਕਰੇ, ਭਾਵੇਂ ਦੁਨੀਆਂ ਦੇ ਕਿਸੇ ਵੀ ਹਿੱਸੇ 'ਚ ਕਰੇ, ਸਾਨੂੰ ਕੋਈ ਇਤਰਾਜ਼ ਨਹੀਂ ਆ। ਪਰ ਉਹ ਰਾਘਵ ਚੱਡਾ ਜੀ ਨੇ ਕਿ ਕੁਝ ਕੁ ਵਰੇ ਪਹਿਲਾਂ ਇਹ ਭਰੀ ਸੀ ਆਪਣੀ ਰਿਟਰਨ, ਇਨਕਮ ਟੈਕਸ ਰਿਟਰਨ, ਕਿ ਮੈਂ ਤਾਂ ਭਾਈ ਸਾਲ ਦਾ 2.5 ਲੱਖ ਰੁਪਈਆ ਕਮਾਉਣਾ, ਤੇ ਉਹ ਅੱਜ ਉਦੈਪੁਰ ਦੇ ਵਿੱਚ ਡੈਸਟੀਨੇਸ਼ਨ ਵਿਆਹ ਕਿਵੇਂ ਕਰਵਾ ਸਕਦਾ। ਕਿਉਂਕਿ ਉੱਥੇ ਉਹਨਾਂ ਨੇ ਦੋਸ਼ ਲਾਇਆ ਸਾਰਿਆਂ ਨੇ ਰਾਘਵ ਚੱਡੇ ਦੇ ਉੱਤੇ ਕਿ ਇਹਨਾਂ ਨੇ ਭਾਈ ਪੰਜਾਬ ਦੇ ਪੈਸੇ ਦੀ ਬਰਬਾਦੀ ਕੀਤੀ ਆ। ਸੁਖਪਾਲ ਖਹਿਰਾ ਨੇ ਇਹ ਗੱਲ ਕਹੀ ਆ ਵੀ ਜਿਹੜੇ ਜਿਹੜੇ ਹੋਟਲ ਇਹਨਾਂ ਨੇ ਉੱਥੇ ਬੁੱਕ ਕਰਵਾਏ ਆ, ਉਹ ਹੋਟਲ ਦਾ ਇੱਕ ਰਾਤ ਦਾ ਕਮਰੇ ਦਾ ਕਿਰਾਇਆ, ਸਧਾਰਨ ਕਮਰੇ ਦਾ ਕਿਰਾਇਆ 35 ਤੋਂ ਲੈ ਕੇ 40,000 ਰੁਪਈਆ, ਜਿਹੜੇ ਕਮਰੇ ਦੇ ਵਿੱਚ ਇਹਨਾਂ ਨੇ ਰਹਿਣਾ ਉਹਦਾ ਕਿਰਾਇਆ ਲੱਖਾਂ ਦੇ ਵਿੱਚ ਹੈਗਾ। ਉੱਥੇ ਜਿਹੜੇ ਪੰਜਾਬ ਪੁਲਿਸ, ਅੱਧੀ ਪੰਜਾਬ ਪੁਲਿਸ ਉੱਥੇ ਲਾਤੀ ਹੈ, ਉੱਥੇ ਕਿੰਨਾ ਤਾਮ ਜਾਮ ਕੀਤਾ, ਕਰੋੜਾਂ ਰੁਪਈਏ ਦਾ ਖਰਚਾ ਉੱਥੇ ਹੋ ਰਿਹਾ, ਇਹ ਪੈਸਾ ਆਇਆ ਕਿੱਥੋਂ ਆ? ਉਹਨਾਂ ਨੇ ਤਾਂ ਇਹ ਵੀ ਮੰਗ ਕੀਤੀ ਹੈ ਵੀ ਈਡੀ ਦੇ ਵੱਲੋਂ ਇਸ ਪੈਸੇ ਦੀ ਪੜਤਾਲ ਕੀਤੀ ਜਾਵੇ ਵੀ ਇਸ ਪੈਸੇ ਦੇ ਖਰਚ ਕਿਵੇਂ ਕੀਤਾ ਗਿਆ, ਇਹ ਪੈਸਾ ਆਇਆ ਕਿੱਥੋਂ ਆ, ਇਹਦਾ ਇਕੱਲਾ ਇਕੱਲਾ ਵੇਰਵਾ ਸਾਂਝਾ ਹੋਣਾ ਚਾਹੀਦਾ। ਉਹਨਾਂ ਨੇ ਕਿਹਾ ਜੀ ਕਿ ਜਿਹੜੀ ਆਮ ਆਦਮੀ ਪਾਰਟੀ ਦਾ ਕਹਿੰਦੀ ਤੁਸੀਂ ਸਧਾਰਨ ਲੋਕ ਆ, ਸਧਾਰਨ ਲੋਕਾਂ ਦੇ ਵਿੱਚੋਂ ਆ, ਅਸੀਂ ਤਾਂ ਆਮ ਲੋਕਾਂ ਦੀ ਤਰਜਮਾਨੀ ਕਰਦੇ ਹਾਂ, ਤੇ ਆਮ ਲੋਕਾਂ ਦੇ ਵਿਆਹ ਉਦੈਪੁਰ ਦੇ ਡੈਸਟੀਨੇਸ਼ਨ ਤਰੀਕੇ ਨਾਲ ਕਿਵੇਂ ਹੁੰਦੇ ਆ, ਕਿਵੇਂ ਇਹ ਵੈਡਿੰਗ ਪਲੈਨਰਾਂ ਨੂੰ ਸੱਦਦੇ ਆ, ਤੇ ਕਿਸ ਤਰੀਕੇ ਨਾਲ ਇਹਨਾਂ ਦੇ ਸਜਾਵਟ ਸਜੂਟ ਕੀਤੀ ਜਾਂਦੀ ਆ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਹਾਜ਼ਾਂ ਦੇ ਵਿੱਚ ਉੱਥੇ ਲੋਕ ਪਹੁੰਚਦੇ ਆ, ਤੇ ਇਹ ਕਿਸ ਤਰੀਕੇ ਦਾ ਹੋਇਆ ਜੀ ਇਹਨਾਂ ਦਾ ਆਮ ਆਦਮੀ ਵਾਲਾ ਸਫ਼ਰ। ਸੋ ਉਹਨਾਂ ਨੇ ਹੈਰਾਨੀ ਜ਼ਾਹਰ ਕੀਤੀ ਆ ਵੀ ਆਮ ਆਦਮੀ ਦਾ ਵਿਆਹ ਜੇਕਰ ਇਉਂ ਹੁੰਦਾ ਤੇ ਫਿਰ ਭਾਈ ਜਿਹੜੇ ਪੰਜਾਬ ਦੇ ਆਮ ਆਦਮੀ ਹਨ, ਆਮ ਲੋਕ ਹਨ ਵੋਟਾਂ ਪਾਉਣ ਵਾਲੇ, ਉਹਨਾਂ ਦੇ ਘਰਾਂ ਦੇ ਵਿੱਚ ਇੱਦਾਂ ਵਿਆਹ ਕਿਉਂ ਨਹੀਂ ਹੋ ਜਾਂਦੇ? ਸੋ ਸਵਾਲ ਉਹਨਾਂ ਨੇ ਵੱਡੇ ਕੀਤੇ ਆ ਵੀ ਰਾਘਵ ਚੱਡੇ ਦੇ ਕੋਲੇ ਆਮਦਨ ਦੇ ਸਰੋਤ ਇੱਕਦਮ ਕਿਹੜੇ ਆ ਗਏ ਜਿਹਦੇ ਕਰਕੇ ਵੀ ਭਾਈ ਇਸ ਤਰੀਕੇ ਦੇ ਵਿਆਹ ਪਲੈਨ ਹੋ ਜਾਂਦੇ ਆ, ਤੇ ਜਾਂ ਫਿਰ ਉਹਨੇ ਹੁਣ ਤੱਕ ਗੱਲ ਲੁਕੋਈ ਕਿਉਂ ਰੱਖੀ ਵੀ ਭਾਈ ਮੈਂ ਤਾਂ ਬਹੁਤ ਅਮੀਰ ਹਾਂ, ਤੇ ਜਾਂ ਫਿਰ ਜੇਕਰ ਉਹਨੇ ਆਪਦੇ ਕੋਲੋਂ ਨਹੀਂ ਖਰਚ ਕੀਤਾ ਤਾਂ ਇਹ ਪੈਸਾ ਕਿਹੜੇ ਖਜ਼ਾਨੇ ਵਿੱਚੋਂ ਗਿਆ, ਜਾਂ ਇਹ ਕਿਹੜੇ ਕਾਰੋਬਾਰੀਆਂ ਨੇ ਪੈਸਾ ਖਰਚ ਕੀਤਾ? ਸੋ ਇਹ ਉਹਨਾਂ ਨੇ ਸਵਾਲ ਕੀਤੇ ਆ। ਹਾਲਾਂਕਿ ਇਹ ਗੱਲ 100% ਕਲੀਅਰ ਆ, ਇਹਨਾਂ ਦੇ ਵਿੱਚੋਂ ਕਿਸੇ ਸਵਾਲ ਦਾ ਉੱਤਰ ਨਹੀਂ ਮਿਲਣਾ। ਪਰ ਰਾਘਵ ਚੱਡਾ ਨੂੰ ਵਿਆਹ ਵਾਲੇ ਦਿਨ ਘੇਰਾ ਪੰਜਾਬ ਦੇ ਵੱਖ ਵੱਖ ਲੋਕਾਂ ਨੇ ਪਾਇਆ ਵੀ ਭਾਈ ਇੰਨੇ ਪੈਸੇ ਖਰਚ ਹੋਏ ਤੇਰੇ ਵਿਆਹ ਦੇ ਉੱਤੇ। ਹਾਂ, ਇੱਕ ਗੱਲ ਹੋਰ, ਭਗਵੰਤ ਮਾਨ ਦੇ ਉੱਤੇ ਵੀ ਲੱਖਾਂ ਸਧਾਣਾ ਨੇ ਸਵਾਲ ਕੀਤੇ ਆ। ਉਹਨਾਂ ਨੇ ਕਿਹਾ ਜੀ ਕਿ ਭਗਵੰਤ ਮਾਨ ਕਹਿਣਾ ਹੁੰਦਾ ਕਿ ਮੈਂ ਸਲਫਾਸ ਖਾ ਲੂੰਗਾ ਪੰਜਾਬ ਦਾ 1 ਵੀ ਰੁਪਈਆ ਖਾਣ ਨਾਲੋਂ। ਚਲੋ ਠੀਕ ਆ ਜੀ, ਤੁਹਾਡੀ ਇਮਾਨਦਾਰੀ ਮੰਨ ਗਏ, ਪਰ ਇਹ ਦੱਸੋ ਵੀ ਭਾਈ ਰਾਘਵ ਚੱਡਾ ਤਾਂ ਤੁਹਾਡੀ ਪਾਰਟੀ ਦਾ ਰਾਜ ਸਭਾ ਮੈਂਬਰ ਆ, ਇਹਦੇ ਕੋਲੇ ਪੈਸਾ ਕਿੱਥੋਂ ਆਇਆ? ਕਿਤੇ ਇਹਨੇ ਪੰਜਾਬ ਦਾ ਤਾਂ ਨਹੀਂ ਖਾਧਾ? ਜੇ ਤੁਸੀਂ ਪੰਜਾਬ ਦਾ ਪੈਸਾ ਖਵਾ ਰਹੇ ਹੋ, ਤੁਹਾਨੂੰ ਪਤਾ, ਤੁਸੀਂ ਫਿਰ ਵੀ ਚੁੱਪ ਹੋ, ਤਾਂ ਇਹਦਾ ਮਤਲਬ ਇੱਕੋ ਆ ਕਿ ਭਾਈ ਤੁਸੀਂ ਸਲਫਾਫਸ ਦੇ ਹੱਕਦਾਰ ਹੋ। ਤੁਸੀਂ ਆਪ ਖਾਓ ਜਾਂ ਕਿਸੇ ਨੂੰ ਖਾਣ ਦਿਓ, ਤੁਹਾਡੇ ਧਿਆਨ ਦੇ ਵਿੱਚ ਹੋਵੇ, ਤੇ ਫਿਰ ਵੀ ਭਾਈ ਤੁਸੀਂ ਬਰਾਬਰ ਦੇ ਗੁਨਾਹਗਾਰ ਆ। ਸੋ ਇਸ ਤਰੀਕੇ ਦੇ ਸਵਾਲ ਵਿਰੋਧੀਆਂ ਦੇ ਵੱਲੋਂ ਕੀਤੇ ਜਾ ਰਹੇ ਆ, ਉੱਤਰ ਮਿਲਣ ਦੀ ਸੰਭਾਵਨਾ ਕੋਈ ਨਹੀਂ, ਪਰ ਸਵਾਲ ਬਹੁਤ ਵੱਡੇ ਹੈਗੇ। ਜੀ ਬਿਲਕੁਲ ਸਹੀ ਕਿਹਾ ਤੁਸੀਂ ਪਹਿਲਾਂ ਸਾਹਿਬ। ਖੈਰ ਹੁਣ ਗੱਲ ਕਰਦੇ ਹਾਂ ਜੀ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਦੇ ਬਾਬਤ। ਜਿਸ ਤਰੀਕੇ ਦੇ ਨਾਲ ਤਣਾ ਤਣੀ ਵਧੀ ਹੋਈ ਹੈ, ਇਹਨੇ ਕਈਆਂ ਨੂੰ ਫਿਕਰਾਂ ਦੇ ਵਿੱਚ ਪਾਇਆ ਹੋਇਆ। ਔਰ ਉੱਧਰ ਸੁਖਬੀਰ ਬਾਦਲ ਹੋਰਾਂ ਨੇ ਵੀ ਅਪੀਲ ਕੀਤੀ ਹੈ, ਉਹ ਕਹਿੰਦੇ ਭਾਰਤ ਤੇ ਕੈਨੇਡਾ ਤਣਾਅ ਦਾ ਜਿਹੜਾ ਹੱਲ ਹੈ ਉਹ ਜਲਦੀ ਤੋਂ ਜਲਦੀ ਕੱਢਿਆ ਜਾਣਾ ਚਾਹੀਦਾ। ਬਿਲਕੁਲ ਜੀ ਬਿਲਕੁਲ, ਦੇਖੋ ਇਹ ਹੱਲ ਨਿਕਲਣਾ ਚਾਹੀਦਾ। ਇਸ ਹੱਲ ਨੇ ਪੰਜਾਬ ਦੇ ਲੋਕ ਫਿਕਰਾਂ ਦੇ ਵਿੱਚ ਸੁੱਕਣੇ ਪਏ ਆ। ਇਸ ਹੱਲ ਨੇ ਜੇਕਰ ਹੱਲ ਨਾ ਹੋਇਆ ਤਾਂ ਇਸ ਫਿਕਰ ਨੇ ਪੰਜਾਬ ਦੀ ਆਰਥਿਕਤਾ ਦੇ ਉੱਤੇ ਬਹੁਤ ਵੱਡਾ ਅਸਰ ਪਾਉਣਾ। ਤੁਸੀਂ ਦੇਖੋ ਇਸ ਵੇਲੇ ਪੰਜਾਬ ਦਾ ਜਿਹੜਾ ਹੋਟਲ ਉਦਯੋਗ ਆ, ਪੰਜਾਬ ਦਾ ਜਿਹੜਾ ਵਿਆਹ ਉਦਯੋਗ ਆ, ਉਹਦੇ ਉੱਤੇ ਤਾਂ ਅਸਰ ਪਾਉਣਾ ਸ਼ੁਰੂ ਵੀ ਕਰਤਾ। ਲੰਘੇ ਕੱਲ ਪੰਜਾਬ ਦੇ ਹੋਟਲ ਉਦਯੋਗ ਦੇ ਨਾਲ ਜੁੜੀ ਜਥੇਬੰਦੀ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਘੱਟੋ ਘੱਟ 10,000 ਕਰੋੜ ਰੁਪਈਏ ਤੋਂ ਵੱਧ ਦਾ ਨੁਕਸਾਨ ਹੋਣ ਦੀ ਆਸ ਹੈ ਐਤਕੀ ਪੰਜਾਬ ਦੇ ਵਿੱਚ, ਐਤਕੀ ਦੇ ਵਿੱਚ, ਕਿਉਂਕਿ ਹੁਣ ਵਿਆਹ ਸ਼ੁਰੂ ਹੋ ਜਾਣੇ ਆ। ਇਹਨਾਂ ਵਿਆਹਾਂ ਦੇ ਵਿੱਚ NRI ਭਾਈਚਾਰੇ ਦਾ ਬੜਾ ਵੱਡਾ ਯੋਗਦਾਨ ਹੁੰਦਾ। NRI ਭਾਈਚਾਰਾ ਇੱਥੇ ਆ ਕੇ ਹੋਟਲ ਬੁੱਕ ਕਰਵਾਉਂਦਾ, ਵੱਡੇ ਵੱਡੇ ਮੈਰਿਜ ਪੈਲਸ ਬੁੱਕ ਕਰਵਾਉਂਦਾ, ਹੋਰ ਜਿਹੜੇ ਕਈ ਕਈ ਤਰੀਕੇ ਵਰਤਦਾ, ਖਾਣ ਪੀਣ ਦੇ, ਕੇਟਰਿੰਗ ਦੇ, ਸੋਨੇ ਦੇ, ਕੋਈ ਕਈ ਤਰੀਕੇ ਹੁੰਦੇ ਆ, ਉਹ ਸਾਰੇ ਪ੍ਰਭਾਵਿਤ ਹੋਣੇ ਆ। NRI ਭਾਈਚਾਰਾ ਤਾਂ ਆਊਗਾ ਜੇਕਰ ਉਹਦਾ ਵੀਜ਼ਾ ਲੱਗੂਗਾ, ਜਿਹੜੇ ਉੱਥੋਂ ਦੇ ਨਾਗਰਿਕ ਆ। ਵੀਜ਼ਾ ਉਹਨਾਂ ਦਾ ਹੁਣ ਲੱਗਣਾ ਨਹੀਂ ਜਿਹੜੇ ਨਵੇਂ ਸਿਰੇ ਤੋਂ ਅਪਲਾਈ ਕਰਨੇ ਆ, ਕਿਉਂਕਿ ਜਿਨ੍ਹਾਂ ਕੋਲ ਪਹਿਲਾਂ ਹੈਗਾ ਵੀਜ਼ਾ ਤੇ ਉਹ ਤਾਂ ਆ ਸਕਦੇ ਆ। ਪਰ ਮੰਨ ਲਓ ਕਿਸੇ ਨੇ ਆਪਦੇ ਧੀ ਪੁੱਤ ਦੇ ਵਿਆਹ ਦੇ ਉੱਤੇ, ਤੇ ਮੰਨ ਲਓ 35-40 ਜਣਿਆਂ ਨੇ ਵਿਦੇਸ਼ ਦੇ ਵਿੱਚੋਂ ਆਉਣਾ ਹੋਵੇ, ਵੀ ਮੰਨ ਲਓ ਚਲੋ ਬਾਕੀ ਇੱਧਰਲੇ ਹੋ ਗਏ, ਕੋਈ ਚਾਚੇ, ਤਾਏ, ਭੂਆ, ਫੁੱਫੜ ਉੱਧਰਲੇ ਪਾਸੇ ਕਿਸੇ ਕੈਨੇਡਾ ਦੇ ਵਿੱਚ ਰਹਿੰਦੇ ਆ, ਉਹਨਾਂ ਦੇ ਵਿੱਚੋਂ ਜੇ 35 ਨੇ ਆਉਣਾ, ਤੇ ਇਹ ਤਾਂ ਹੈ ਨਹੀਂ ਵੀ 35 ਦੇ ਕੋਲੇ ਵੀਜ਼ੇ ਹੈਗੇ ਆ, ਅੱਧਿਆਂ ਦੇ ਕੋਲੇ ਸ਼ਾਇਦ ਨਾ ਵੀ ਹੋਣ। ਜਿਨ੍ਹਾਂ ਦੇ ਕੋਲੇ ਵੀਜ਼ੇ ਹੈ ਨਹੀਂ ਉਹ ਇੱਧਰ ਆ ਨਹੀਂ ਸਕਣਗੇ, ਜਾਂ ਤਾਂ ਉਹ ਵਿਆਹ ਟਾਲਣਗੇ, ਤੇ ਜਾਂ ਫਿਰ ਭਾਈ ਉਹ ਗੈਰ ਹਾਜ਼ਰ ਰਹਿਣਗੇ। ਤੇ ਜੇ ਉਹ ਗੈਰ ਹਾਜ਼ਰ ਰਹਿਣਗੇ ਤਾਂ ਫਿਰ ਤੁਸੀਂ ਦੇਖੋ ਵੀ ਜਹਾਜ਼ਾਂ ਦੀਆਂ ਟਿਕਟਾਂ ਦੇ ਜਿਹੜੇ ਪੈਸੇ ਉਹਨਾਂ ਨੇ ਖਰਚਣੇ ਸੀ ਉਹ ਵੀ ਰੁਕ ਗਏ, ਜੋ ਉਹਨਾਂ ਨੇ ਆ ਕੇ ਇੱਥੇ ਖਰਚ ਕਰਨਾ ਸੀ ਉਹ ਵੀ ਰੁਕ ਗਿਆ, ਜੋ ਹੋਟਲਾਂ ਦੇ ਕਮਰੇ ਬੁੱਕ ਹੋਣੇ ਸੀ ਉਹ ਵੀ ਰੁਕ ਗਏ,
ਜੋ ਉਹਨਾਂ ਨੇ ਵੱਡੇ ਵਿਆਹਾਂ ਦੀ ਪਲੈਨਿੰਗ ਕੀਤੀ ਸੀ ਉਹ ਵੀ ਰੁਕ ਗਈ, ਜੋ ਲੀੜਾ ਕੱਪੜਾ ਲੈਣਾ ਸੀ ਉਹ ਵੀ ਰੁਕ ਗਿਆ, ਜੋ ਉਹਨਾਂ ਨੇ ਹੋਰ ਤਾਮ ਜਾਮ ਕਰਨਾ ਸੀ ਉਹ ਵੀ ਰੁਕ ਗਿਆ। ਮਤਲਬ ਇਹ ਆ ਕਿ ਪੰਜਾਬ ਦੀ ਆਰਥਿਕਤਾ ਨੂੰ ਸੱਟ ਮਾਰਨ ਦਾ ਇੱਕ ਵੱਡਾ ਕਾਰਨ ਬਣ ਗਿਆ, ਵੱਡਾ ਤਰੀਕਾ ਬਣ ਗਿਆ ਇਹ ਹੋਟਲ ਐਸੋਸੀਏਸ਼ਨ ਨੇ ਗੱਲ ਕਹੀ ਆ। ਸੋ ਗੱਲ ਇਹ ਜੀ ਕਿ ਆਰਥਿਕਤਾ ਦੇ ਲਿਹਾਜ਼ ਦੇ ਨਾਲ ਦੇਖੀਏ ਤਾਂ ਨੁਕਸਾਨ ਪੰਜਾਬ ਦਾ ਵੀ ਆ, ਬਾਕੀ ਵੱਖ ਵੱਖ ਥਾਵਾਂ ਦਾ ਵੀ ਆ। ਸੋ ਪਰ ਸਰਕਾਰਾਂ ਦੇ ਜਿੰਨਾ ਚਿਰ ਤਣਾਅ ਮੁੱਕਦੇ ਨੀਗੇ ਉਨੀ ਦੇਰ ਤੱਕ ਕੋਈ ਕੁਛ ਕਰ ਵੀ ਨਹੀਂ ਸਕਦਾ। ਲੋਕ ਇਹ ਗੱਲ ਚਾਹੁੰਦੇ ਆ ਕਿ ਭਾਈ ਇਹ ਤਣਾਅ ਮੁੱਕੇ, ਹਾਲਾਂਕਿ ਲਗਾਤਾਰ ਇੱਕ ਦੂਜੇ ਦੇ ਉੱਤੇ ਇਲਜ਼ਾਮ ਤਰਾਸ਼ੀ ਹੋ ਰਹੀ ਆ, ਉਧਰੋਂ ਕੋਈ ਕੁਛ ਕਹਿ ਦਿੰਦਾ, ਇਧਰੋਂ ਕੋਈ ਕੁਛ ਕਹਿ ਦਿੰਦਾ, ਆਹੀ ਕੁਛ ਚੱਲੀ ਜਾਂਦਾ। ਦੇਖਦੇ ਆਉਂਦੇ ਸਮੇਂ ਦੇ ਵਿੱਚ ਬਣਦਾ ਕੀ ਆ, ਪਰ ਇਸ ਵੇਲੇ ਪੰਜਾਬੀ ਫਿਕਰਾਂ ਦੇ ਵਿੱਚ ਹੈ ਕਿਉਂਕਿ ਪੰਜਾਬੀਆਂ ਦਾ ਆਖਰੀ ਸਹਾਰਾ ਕੈਨੇਡਾ ਹੀ ਆ, ਕਿਉਂਕਿ ਪੰਜਾਬੀਆਂ ਨੂੰ ਆਪਦਾ ਭਵਿੱਖ ਬਚਾਉਣ ਦਾ ਆਖਰੀ ਤਰੀਕਾ ਪਿਛਲੇ ਕਈ ਵਰ੍ਹਿਆਂ ਤੋਂ ਕੈਨੇਡਾ ਹੀ ਦਿਸ ਰਿਹਾ। ਕੈਨੇਡਾ ਦੇ ਵਿੱਚ ਉਹ ਜਾਂਦੇ ਆ, ਬੱਚਿਆਂ ਨੂੰ ਭੇਜਦੇ ਆ, ਬੱਚੇ ਚਾਹੁੰਦੇ ਆ ਜੀ ਕਿ ਅਸੀਂ 4-5 ਸਾਲ 'ਚ ਪੱਕੇ ਹੋ ਜਾਈਏ, ਉਸ ਤੋਂ ਬਾਅਦ ਜਿਹੜੇ ਪੰਜਾਬੋਂ ਬਾਕੀ ਜੀਆਂ ਨੂੰ ਵੀ ਸੱਦ ਲਾਂਗੇ। ਸੋ ਸਾਡੇ ਕੋਲੇ ਰਾਹ ਤਾਂ ਇੱਕ ਸਟੱਡੀ ਦੇ ਨਾਂ ਦੇ ਉੱਤੇ ਇਹੀ ਆ। ਸੋ ਲੋਕਾਂ ਦੇ ਮਨ ਦੇ ਵਿੱਚ ਡਰ ਇਹ ਆ ਵੀ ਕਿਤੇ ਕੈਨੇਡਾ ਦੀ ਸਰਕਾਰ ਆ ਜਿਹੜੀ ਉਹ ਵੀਜ਼ਿਆਂ 'ਚ ਸਖਤੀ ਨਾ ਕਰ ਦੇਵੇ, ਕਿਤੇ ਸਟੱਡੀ ਵੀਜ਼ੇ 'ਚ ਕੋਈ ਤਬਦੀਲੀ ਨਾ ਕਰ ਦੇਵੇ, ਕਿਤੇ ਵੀਜ਼ੇ ਬਹੁਤੇ ਰਿਫਿਊਜ਼ ਨਾ ਹੋਣ ਲੱਗ ਜਾਣ, ਕਿਤੇ ਕੋਈ ਹੋਰ ਤਰੀਕੇ ਨਾਲ ਵਿੱਚ ਇਮੀਗ੍ਰੇਸ਼ਨ ਦੀਆਂ ਨੀਤੀਆਂ ਸਖਤ ਨਾ ਹੋ ਜਾਣ। ਇਸ ਤਰੀਕੇ ਦੇ ਡਰ ਡੁਕਰ ਚੱਲ ਰਹੇ ਆ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਕਹਿਣਾ ਸਾਹਿਬ, ਖਾਸ ਤੌਰ ਤੇ ਜਿਹੜਾ ਵਿਦਿਆਰਥੀ ਵਰਗ ਹੈ, ਪੰਜਾਬ ਦਾ ਵਿਦਿਆਰਥੀ ਵਰਗ, ਉਹ ਵੀ ਕਹਿੰਦੇ ਕਿ ਇਸ ਤਣਾਅ ਦਾ ਕਰਕੇ ਕਾਫੀ ਜ਼ਿਆਦਾ ਫਿਕਰਾਂ ਚੋਂ ਲੰਘ ਰਹੇ ਹੈ। ਬਿਲਕੁਲ ਜੀ, ਇਹ ਲੰਘਣਾ ਕੁਦਰਤੀ ਵੀ ਹਰਮਨ ਜੀ, ਉਹਦਾ ਕਾਰਨ ਇਹ ਆ ਵੀ ਦੇਖੋ ਮੁੰਡੇ ਕੁੜੀਆਂ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਈਲੈਟਸ ਕਰੀ ਬੈਠੇ ਆ, ਤੇ ਉਹ ਜਿਹੜੇ ਆਈਲੈਟਸ ਕਰੀ ਬੈਠੇ ਆ ਉਹਨਾਂ ਦੇ ਵਿੱਚੋਂ ਕਈਆਂ ਦੇ ਮਾਪਿਆਂ ਨੇ ਪੈਸਿਆਂ ਦਾ ਵੀ ਪ੍ਰਬੰਧ ਕਰ ਲਿਆ ਵੀ ਅਗਲੇ ਸੈਸ਼ਨ ਵਾਸਤੇ ਅਸੀਂ ਧੀ ਪੁੱਤ ਨੂੰ ਬਾਹਰ ਭੇਜਣਾ, ਉਧਰ ਉਹ ਭੇਜ ਦੇਣਗੇ। ਹਾਲਾਂਕਿ ਕੈਨੇਡਾ ਦੇ ਵੱਲੋਂ ਵੀਜ਼ਿਆਂ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ, ਉਹਨਾਂ ਦੇ ਵੱਲੋਂ ਪਹਿਲਾਂ ਵਾਂਗੂ ਪ੍ਰਕਿਰਿਆ ਜਾਰੀ ਆ। ਪਰ ਡਰ ਇਸ ਗੱਲ ਦਾ ਵੀ ਜਿਵੇਂ ਭਾਰਤ ਨੇ ਵੀਜ਼ਿਆਂ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ ਇੱਧਰ ਆਉਣ ਦੇ ਵਿੱਚ, ਜੇ ਕਿਤੇ ਉਹਨਾਂ ਨੇ ਲਾ ਦਿੱਤੀ ਇੱਧਰੋਂ ਉੱਧਰ ਜਾਣ ਦੇ ਵਿੱਚ ਤਾਂ ਦਿੱਕਤ ਫੇਰ ਵਧੂਗੀ। ਹੁਣ ਡਰ ਇਸ ਗੱਲ ਦਾ ਵੀ ਜਿਵੇਂ ਕਿ ਭਾਰਤ ਦੇ ਵਿੱਚ ਹਿੰਦੂ ਸਿੱਖ ਦਾ ਰੌਲਾ ਉਸ ਤਰੀਕੇ ਨਾਲ ਕੈਨੇਡਾ ਦੇ ਵਿੱਚ ਵੀ ਪੈ ਗਿਆ, ਜਿਹੜੇ ਗੁਰਪਤਵੰਤ ਪੰਨੂ ਵਰਗੇ ਉਹ ਗੱਲ ਕਹੀ ਜਾਂਦੇ ਵੀ ਕੈਨੇਡਾ ਦੇ ਵਿੱਚੋਂ ਹਿੰਦੂ ਜਿਹੜੇ ਉਹ ਭੱਜ ਜਾਣ ਚਲੇ ਜਾਣ, ਇਹ ਜਿਹੜੇ ਹਿੰਦੂ ਭਾਈਚਾਰਾ ਕੈਨੇਡਾ ਨੂੰ ਛੱਡ ਦੇਵੇ। ਹਾਲਾਂਕਿ ਉਸ ਤੋਂ ਬਾਅਦ ਜਗਮੀਤ ਸਿੰਘ ਦੇ ਵੱਲੋਂ ਜਿਨ੍ਹਾਂ ਦੇ 25 ਮੈਂਬਰ ਪਾਰਲੀਮੈਂਟ ਦੇ ਕਰਕੇ ਟਰੂਡੋ ਦੀ ਸਰਕਾਰ ਬਚੀ ਹੋਈ ਹੈ ਗੱਠਜੋੜ ਵਾਲੀ, ਉਹਦੇ ਵੱਲੋਂ ਇਹ ਗੱਲ ਕਹੀ ਗਈ ਕਿ ਕੈਨੇਡਾ ਦੇ ਵਿੱਚ ਹਿੰਦੂਆਂ ਦਾ ਵੀ ਰਹਿਣਾ ਜ਼ਰੂਰੀ ਆ, ਜਿਹੜੇ ਹਿੰਦੂ ਵੀ ਕੈਨੇਡੀਅਨ ਆ ਇਹ ਉਹਨਾਂ ਦਾ ਵੀ ਘਰ ਹੈਗਾ, ਇਹ ਬਿਆਨ ਦੇਣਾ ਪਿਆ। ਤੁਸੀਂ ਦੇਖੋ ਵੀ ਜਿਹੜਾ ਕੁਝ ਭਾਰਤ ਦੇ ਵਿੱਚ ਹੁੰਦਾ ਇਹ ਕੁਝ ਕੈਨੇਡਾ 'ਚ ਆਪਾਂ ਸ਼ੁਰੂ ਕਰਤਾ, ਇੱਥੇ ਜੀ ਹਿੰਦੂ ਚਲੇ ਜਾਣ, ਇੱਧਰੋਂ ਕਹਿੰਦੇ ਜੀ ਆਹ ਹੋ ਜਾਣ, ਇੱਧਰੋਂ ਉਹ ਕਹਿ ਦਿੰਦੇ ਆ। ਸੋ ਇਹ ਇੱਕ ਨਵੀਂ ਉੱਥੇ ਪਖੰਡਬਾਜ਼ੀ ਚੱਲ ਪਈ ਆ। ਸੋ ਇਹ ਜਿਹੜੀ ਗੱਲ ਆ ਉਹ ਵੀ ਤਾਂ ਮਨਾਂ ਦੇ ਵਿੱਚ 100 ਤਰ੍ਹਾਂ ਦੇ ਸਵਾਲ ਪੈਦਾ ਕਰਦੀ ਆ ਵੀ ਕੀ ਸਾਡੇ ਬੱਚੇ ਉੱਥੇ ਜਾ ਕੇ ਵੀ ਸੁਰੱਖਿਅਤ ਰਹਿਣਗੇ, ਕੀ ਸਾਡੇ ਬੱਚੇ ਉੱਥੇ ਜਾ ਕੇ ਸੰਘਰਸ਼ ਤਾਂ 5-7 ਸਾਲ ਕਰਨਾ ਹੀ ਕਰਨਾ, ਉਹ ਸੰਘਰਸ਼ ਕਰਦੇ ਕਰਦੇ ਕਿਤੇ ਕੋਈ ਬਿਲਕੁਲ ਤਾਂ ਨਹੀਂ ਨੁਕਰੇ ਲੱਗ ਕੇ ਰਹਿ ਜਾਣਗੇ, ਕਿਤੇ ਕੋਈ ਉੱਥੇ ਤਾਂ ਨਹੀਂ ਕੋਈ ਝੜਪਾਂ ਹੋਣ ਲੱਗ ਜਾਣਗੀਆਂ। ਸੋ ਮਾਪਿਆਂ ਦੇ ਮਨਾਂ ਵਿੱਚ ਇਸ ਤਰੀਕੇ ਦੇ ਸਵਾਲ 100 ਚੱਲਦੇ। ਜੀ ਬਿਲਕੁਲ ਸਹੀ ਕਹਿਣਾ ਸਾਹਿਬ, ਤੇ ਦੂਸਰੇ ਬੰਨੇ ਪੰਜਾਬ ਦੇ ਵਿੱਚ ਚਿੱਟੇ ਦੀ ਗੱਲ ਕਰ ਲੈਂਦੇ ਹਾਂ ਜੀ, ਨਸ਼ਾ ਬਹੁਤ ਵੱਡਾ ਮੁੱਦਾ, ਪਤਾ ਨਹੀਂ ਕਦੋਂ ਇਹਦੇ ਤੋਂ ਖਹਿੜਾ ਛੁੱਟਣਾ ਹੈ। ਪੰਜਾਬ 'ਚ ਕਹਿੰਦੇ ਚਿੱਟਾ ਵਰਤਣ ਵਾਲਿਆਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਵੱਧ ਗਈ ਹੈ ਜੀ। ਬਿਲਕੁਲ ਜੀ ਬਿਲਕੁਲ, ਦੇਖੋ ਪੰਜਾਬ ਦੇ ਵਿੱਚ ਚਿੱਟਾ ਵਰਤਣ ਵਾਲਿਆਂ ਦੀ ਗਿਣਤੀ ਤਾਂ ਮੇਰਾ ਖਿਆਲ ਗਿਣਤੀ ਹੋਣੀ ਹੀ ਨਹੀਂ, ਪਹਿਲੀ ਗੱਲ ਤਾਂ ਇਹ ਆ। ਮੈਂ ਨਾ ਕੱਲ ਆਪਣੇ ਦੋਸਤਾਂ ਦੇ ਨਾਲ ਕਿਤੇ ਗਿਆ ਸ਼ਾਮ ਦੇ ਵੇਲੇ, ਤੇ ਉੱਥੇ ਮੈਨੂੰ ਕੁਝ ਜਿਹੜੇ ਪਛਾਣਨ ਵਾਲੇ ਬੰਦੇ ਮਿਲ ਗਏ, ਉਹਨਾਂ ਨੇ ਮੈਨੂੰ ਦੱਸਿਆ ਵੀ ਸਾਡਾ ਪਿੰਡ ਖਮੀਰਾ ਤੇ ਉਧਰਲੇ ਪਾਸੇ ਕਿਵੇਂ ਨਸ਼ਾ ਵਿਕਦਾ, ਇੱਕ ਨੇ ਕਿਹਾ ਜੀ ਸਾਡੇ ਵਾਲਾ ਪਾਸਾ ਕਿਵੇਂ ਆ ਉਧਰਲੇ ਪਾਸੇ ਕਿਵੇਂ ਨਸ਼ਾ ਵਿਕਦਾ। ਮੈਂ ਇਹਨਾਂ ਨੂੰ ਕਿਹਾ ਜੀ ਕਿ ਤੁਸੀਂ ਫਿਰ ਮੈਨੂੰ ਕਿਉਂ ਦੱਸਦੇ, ਤੁਸੀਂ ਪੁਲਿਸ ਨੂੰ ਕਿਉਂ ਨਹੀਂ ਦੱਸਦੇ? ਕਹਿੰਦੇ ਪੁਲਿਸ ਨੂੰ ਬਾਈ ਦੱਸ ਕੇ ਕੀ ਕਰਨਾ, ਪੁਲਿਸ ਨੇ ਕਿਹੜਾ ਕੁਛ ਕਰਨਾ, ਕਿੰਨੇ ਵਾਰੀ ਪੁਲਿਸ ਬੰਦੇ ਫੜ ਕੇ ਲਿਜਾਂਦੀ ਆ ਤੇ ਨਾਲ ਦੀ ਨਾਲ ਉਹ ਛੁੱਟ ਕੇ ਆ ਜਾਂਦੇ। ਪੁਲਿਸ ਕਹਿ ਦਿੰਦੀ ਬਸ ਕਰ ਲਈ ਕਾਰਵਾਈ ਜੀ ਕਰ ਲਈ, ਇੰਨੇ ਬੰਦਿਆਂ ਦੇ ਉੱਤੇ ਪੁਲਿਸ ਨੇ ਕਾਰਵਾਈ ਕਰਨੀ ਕਿਵੇਂ ਤੇ ਕਰਨੀ ਕਾਹਦੀ ਆ। ਮਤਲਬ ਇਹ ਆ ਵੀ ਪਿੰਡ ਪਿੰਡ ਇਸ ਵੇਲੇ ਨਸ਼ੇ ਤੋਂ ਪੀੜਤ ਆ। ਮੈਂ ਨਹੀਂ ਕਹਿੰਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕਰਕੇ ਹੀ ਆ, ਇਸ ਤੋਂ ਪਹਿਲਾਂ ਵੀ ਨਸ਼ਾ ਇਵੇਂ ਸੀ, ਲੋਕ ਓਵਰਡੋਜ਼ ਦੇ ਕਰਕੇ ਮਰਦੇ ਵੀ ਇਦਾਂ ਸੀ, ਉਦੋਂ ਵੀ ਦੁੱਖ ਹੁੰਦਾ ਸੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ 1 ਮਹੀਨੇ ਦੇ ਵਿੱਚ ਨਸ਼ਾ ਖਤਮ ਕਰਨ ਦਾ ਵਾਅਦਾ ਕਰਕੇ ਆਈ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚੋਂ ਤਸਕਰੀ ਹੈ ਜਿਹੜੀ ਉਹ ਖਤਮ ਕਰਨ ਦਾ ਵਾਅਦਾ ਕਰਕੇ ਆਈ। ਆਮ ਆਦਮੀ ਪਾਰਟੀ ਦੀ ਸਰਕਾਰ ਮਹੀਨੇ ਦੇ ਵਿੱਚ ਬੇਅਦਬੀ ਦੇ ਮਾਮਲੇ ਤੇ ਇਨਸਾਫ਼ ਦੇਣ ਦਾ ਵਾਅਦਾ ਕਰਕੇ ਆਈ। ਇਹਨਾਂ ਤੋਂ ਵੀ ਕੁਝ ਨਹੀਂ ਹੋ ਰਿਹਾ, ਇਹਨਾਂ ਤੋਂ ਵੀ ਕੁਝ ਨਹੀਂ ਹੋ ਰਿਹਾ। ਸਵਾਲ ਸਿਰਫ ਇਹ ਆ, ਪਿਛਲੀਆਂ ਨੇ ਕੁਝ ਨਹੀਂ ਕੀਤਾ ਉਹ ਵੀ ਮਾੜਾ ਸੀ, ਹੁਣ ਵਾਲੀ ਤੋਂ ਕੁਝ ਨਹੀਂ ਹੋ ਰਿਹਾ ਇਹ ਵੀ ਹੈਰਾਨੀਜਨਕ ਆ। ਤੇ ਸਰਕਾਰਾਂ ਇਹ ਗੱਲ ਕਹਿ ਦਿੰਦੀਆਂ, 1,000 ਅਸੀਂ ਤਸਕਰ ਫੜ ਕੇ ਅੰਦਰ ਦੇ ਤੇ, ਵੱਡੀਆਂ ਮੱਛੀਆਂ ਅਸੀਂ ਐਂ ਫੜ ਲਈਆਂ, ਨਸ਼ਾ ਤਸਕਰ ਅਸੀਂ ਐਂ ਸੁੱਕਣੇ ਪਾਤੇ, ਨਸ਼ਾ ਬਹੁਤ ਘਟ ਗਿਆ, ਜਦਕਿ ਨਸ਼ਾ ਉਵੇਂ ਹੀ ਆ, ਕੁੜੀਆਂ ਵੀ ਨਸ਼ਾ ਕਰ ਰਹੀਆਂ, ਮੁੰਡੇ ਵੀ ਕਰ ਰਹੇ ਆ,
ਕੁੜੀਆਂ ਵੀ ਵੇਚ ਰਹੀਆਂ, ਮੁੰਡੇ ਵੀ ਵੇਚ ਰਹੇ ਆ, ਪਰਿਵਾਰਾਂ ਦੇ ਪਰਿਵਾਰ ਇਸ ਕੰਮ ਦੇ ਵਿੱਚ ਲੱਗੇ ਹੋਏ ਆ ਜੀ। जी बिल्कुल सही कहा तुसी टाणा साहब। खैर रब भी भली करे तो शायद ताही इस नशे वर्गी अलामत तो खेड़ा छुट्टूगा। बहुत बहुत शुक्रिया इसलिए इन्ना ही जी। आप फिर विचार, मेहरबानी, बहुत मेहरबानी जी।